ਤਾਂ ਸਲਮਾਨ ਖਾਨ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਦੀ ਜ਼ਿੰਮੇਵਾਰੀ ਹੁਣ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ। ਦੱਸ ਦਈਏ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਹੁਣ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਦੱਸ ਦਈਏ ਕਿ ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ, ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਸੀ ਅਤੇ ਹੁਣ ਤੱਕ ਕਿਹਾ ਜਾ ਰਿਹਾ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪਰ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਨਮੋਲ ਬਿਸ਼ਨੋਈ ਦੇ ਵੱਲੋਂ ਪੋਸਟ ਪਾਈ ਗਈ ਹੈ, ਜਿਸ ਦੇ ਵਿੱਚ ਉਸਨੇ ਸ਼ਰੇਆਮ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ, ਕਿਉਂਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਪਰ ਇਸੇ ਦੇ ਵਿਚਕਾਰ ਅੱਜ ਸਵੇਰੇ ਹਮਲਾ ਹੋਣਾ ਅਤੇ ਹੁਣ ਇਸ ਪੋਸਟ ਦਾ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਕਰਦਾ। ਤਾਂ ਤੁਹਾਨੂੰ ਦੱਸ ਦਈਏ ਕਿ ਜੋ ਉਹ ਪੋਸਟ ਪਾਈ ਗਈ ਹੈ ਅਨਮੋਲ ਬਿਸ਼ਨੋਈ ਦੇ ਵੱਲੋਂ, ਉਸਦੇ ਵਿੱਚ ਲਿਖਿਆ ਕਿ ਹਮ ਅਮਨ ਚਾਹਤੇ ਹੈ, ਜ਼ੁਲਮ ਕੇ ਖਿਲਾਫ਼ ਫੈਸਲਾ ਅਗਰ ਜੰਗ ਸੇ ਹੋ ਤੋ ਜੰਗ ਹੀ ਸਹੀ, ਸਲਮਾਨ ਖਾਨ ਹਮਨੇ ਤੁਮੇ ਯੇ ਟ੍ਰੇਲਰ ਦਿਖਾਨੇ ਕੇ ਲੀਏ ਕਿਹਾ ਤਾਂ ਕਿ ਤੁਮ ਸਮਝ ਜਾਓ ਹਮਾਰੀ ਤਾਕਤ ਕੋ ਔਰ ਮਤ ਪਰਖੋ, ਯੇ ਪਹਿਲੀ ਔਰ ਆਖਰੀ ਵਾਰਨਿੰਗ ਹੈ, ਇਸਕੇ ਬਾਅਦ ਗੋਲੀਆਂ ਖਾਲੀ ਘਰ ਪਰ ਨਹੀਂ ਚਲੇਂਗੀ। ਤਾਂ ਇਹ ਪੋਸਟ ਅਨਮੋਲ ਬਿਸ਼ਨੋਈ ਦੇ ਵੱਲੋਂ ਪਾਈ ਗਈ ਹੈ। ਤਾਂ ਦੱਸ ਦਈਏ ਕਿ ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਸੀ, ਹਾਲਾਂਕਿ ਮੌਕੇ ਦੇ ਉੱਤੇ ਮੁੰਬਈ ਪੁਲਿਸ ਅਤੇ ਏਟੀਐਸ ਦੀ ਟੀਮ ਪਹੁੰਚੀ ਸੀ, ਫੋਰੈਂਸਿਕ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਹਮਲਾਵਰ ਕੈਦ ਹੋਏ ਸੀ, ਬਾਈਕ ਦੇ ਉੱਤੇ ਹਮਲਾਵਰ ਆਏ ਸੀ ਅਤੇ ਦੋ ਹਮਲਾਵਰਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਤਾਂ ਦੱਸ ਦਈਏ ਕਿ ਇਸੇ ਦੇ ਵਿਚਕਾਰ ਹੁਣ ਇਹ ਅਨਮੋਲ ਬਿਸ਼ਨੋਈ ਦੀ ਪੋਸਟ ਸਾਹਮਣੇ ਆਈ ਹੈ, ਹਾਲਾਂਕਿ ਨਿਊਜ਼ 18 ਪੰਜਾਬ ਇਸ ਦੀ ਪੁਸ਼ਟੀ ਨਹੀਂ ਕਰਦਾ। ਤਾਂ ਸਲਮਾਨ ਖਾਨ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਦੀ ਜ਼ਿੰਮੇਵਾਰੀ ਹੁਣ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ। ਦੱਸ ਦਈਏ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਹੁਣ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਦੱਸ ਦਈਏ ਕਿ ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ, ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਸੀ ਅਤੇ ਹੁਣ ਤੱਕ ਕਿਹਾ ਜਾ ਰਿਹਾ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪਰ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਨਮੋਲ ਬਿਸ਼ਨੋਈ ਦੇ ਵੱਲੋਂ ਪੋਸਟ ਪਾਈ ਗਈ ਹੈ, ਜਿਸ ਦੇ ਵਿੱਚ ਉਸਨੇ ਸ਼ਰੇਆਮ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ, ਕਿਉਂਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਪਰ ਇਸੇ ਦੇ ਵਿਚਕਾਰ ਅੱਜ ਸਵੇਰੇ ਹਮਲਾ ਹੋਣਾ ਅਤੇ ਹੁਣ ਇਸ ਪੋਸਟ ਦਾ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਕਰਦਾ। ਤਾਂ ਤੁਹਾਨੂੰ ਦੱਸ ਦਈਏ ਕਿ ਜੋ ਉਹ ਪੋਸਟ ਪਾਈ ਗਈ ਹੈ ਅਨਮੋਲ ਬਿਸ਼ਨੋਈ ਦੇ ਵੱਲੋਂ, ਉਸਦੇ ਵਿੱਚ ਲਿਖਿਆ ਕਿ ਹਮ ਅਮਨ ਚਾਹਤੇ ਹੈ, ਜ਼ੁਲਮ ਕੇ ਖਿਲਾਫ਼ ਫੈਸਲਾ ਅਗਰ ਜੰਗ ਸੇ ਹੋ ਤੋ ਜੰਗ ਹੀ ਸਹੀ, ਸਲਮਾਨ ਖਾਨ ਹਮਨੇ ਤੁਮੇ ਯੇ ਟ੍ਰੇਲਰ ਦਿਖਾਨੇ ਕੇ ਲੀਏ ਕਿਹਾ ਤਾਂ ਕਿ ਤੁਮ ਸਮਝ ਜਾਓ ਹਮਾਰੀ ਤਾਕਤ ਕੋ ਔਰ ਮਤ ਪਰਖੋ, ਯੇ ਪਹਿਲੀ ਔਰ ਆਖਰੀ ਵਾਰਨਿੰਗ ਹੈ, ਇਸਕੇ ਬਾਅਦ ਗੋਲੀਆਂ ਖਾਲੀ ਘਰ ਪਰ ਨਹੀਂ ਚਲੇਂਗੀ। ਤਾਂ ਇਹ ਪੋਸਟ ਅਨਮੋਲ ਬਿਸ਼ਨੋਈ ਦੇ ਵੱਲੋਂ ਪਾਈ ਗਈ ਹੈ। ਤਾਂ ਦੱਸ ਦਈਏ ਕਿ ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਸੀ, ਹਾਲਾਂਕਿ ਮੌਕੇ ਦੇ ਉੱਤੇ ਮੁੰਬਈ ਪੁਲਿਸ ਅਤੇ ਏਟੀਐਸ ਦੀ ਟੀਮ ਪਹੁੰਚੀ ਸੀ, ਫੋਰੈਂਸਿਕ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਹਮਲਾਵਰ ਕੈਦ ਹੋਏ ਸੀ, ਬਾਈਕ ਦੇ ਉੱਤੇ ਹਮਲਾਵਰ ਆਏ ਸੀ ਅਤੇ ਦੋ ਹਮਲਾਵਰਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਤਾਂ ਦੱਸ ਦਈਏ ਕਿ ਇਸੇ ਦੇ ਵਿਚਕਾਰ ਹੁਣ ਇਹ ਅਨਮੋਲ ਬਿਸ਼ਨੋਈ ਦੀ ਪੋਸਟ ਸਾਹਮਣੇ ਆਈ ਹੈ, ਹਾਲਾਂਕਿ ਨਿਊਜ਼ 18 ਪੰਜਾਬ ਇਸ ਦੀ ਪੁਸ਼ਟੀ ਨਹੀਂ ਕਰਦਾ।